ভাই বাস স্টেশন নো নিও নিলে ওলে কাটি ফোন না করবে কাটা বাস স্টেশন শাবাশ আরে পুরো কোর্স কমপ্লিট গাল সহি আ সমঝাগে গাড়ি খোল দেগি মই কি খোল দেনে সারে पहुंच गए आप लॉयवीर देख बहुत ज्यादा कलैक्शन है इतने देखते हम कि पसंद आते हैं 18 तो लेके 22 24 तक सारे ही हैं। सिलेक्शन करनी बड़ी औखी है। आ रहा है पसंद कोई बंदा कंफ्यूज है ना इन्हें जो केड़ा पाएगी बहुत ज्यादा चॉइस है ना कोल जे इथे अलॉय पसंद नहीं आया फिर किते नहीं आंदा सेफ्टी पखो कि ठीक है जो थोड़े पतले पतले जी आगे जाना नहीं थोड़ा कोई कंप्लेंट तो नहीं आई नॉइस करूगा ज्यादा नॉइस नहीं है फिर ताही तो नाल लगता है जो फॉर्चूनर च नाल लग रहा तो पर लगना ही लगना टायर सिलेक्ट कर लिया जी मुंडिया ने पुछदे ने जी राय हां जी की राय है जी थोड़ी गड्डी दे टायरां बारे दसो फिर लाए भी टायर इस तो जोड़ा अपने पवाया इस तो कितने बड़े बड़े पवा रखे ने लोगों ने पर जे तेरा उस चीज कंफर्ट खराब हो रहा है तेन स्वाद ही नहीं आ रहा चलान सिर्फ तू शो देख रहे हैं वह भी है ये चीज़ ना सोहनी भी लग रही है सोबर भी आ प्लस आपां कोई गड्डी की कटिंग नहीं करनी पई किसी चीज़ की कंपनी फिटिंग काम हो गया इस तो वधिया की हो तुसीं दसो जी बहुत वधिया काम हो गया फिर
ਲੇਕਿਨ ਥੋੜਾ ਹਰਜੀਤ ਨੂੰ ਚੌੜੇ ਟਾਇਰ ਜਿਆਦਾ ਸੋਹਣੇ ਲੱਗਦੇ ਨੇ ਭਾਈ ਨਾ ਸੱਚ ਭਾਈ ਆ ਸੱਚ ਸ਼ਕੀਨ ਆ ਫਰਟੇ ਚੌੜੇ ਟਾਇਰਾਂ ਦਾ ਟਾਇਰ ਆਂਦੇ ਨੇ ਮਿੱਟੀ ਮਾਰ ਦਿੰਦੇ ਨੇ ਘੁਮਾ ਕੇ ਆਪਣੇ ਦੀ ਤੇਜ਼ ਆ ਗੱਡੀ ਦੇ ਮਾਰਦੇ ਨੇ ਉਹ ਨਹੀਂ ਨਹੀਂ ਪਰ ਭਾਈ ਨੇ ਇਸ ਵਾਰੀ ਥੋੜਾ ਜਿਹਾ ਆਪਣਾ ਰਿਕਾਰਡ ਬਣਾਇਆ ਆ ਸੈਂਸ਼ੀਲਤਾ ਦਿਖਾਈ ਆ ਅੜੀ ਨਹੀਂ ਕਰਾਰੀ ਉਹ ਵੀ ਤਾਂ ਕਰਕੇ ਮੰਨ ਗਿਆ ਵੀ ਕੱਟ ਵੱਟ ਹੋਏਗੀ ਤਾਂ ਕਰਕੇ ਮੰਨ ਗਿਆ ਨਹੀਂ ਮੰਨਣ ਵਾਲਾ ਤਾਂ ਹੈ ਨਹੀਂ ਦੀ ਚੰਗੇ ਨਹੀਂ ਲੱਗਦੇ ਫਿਰ ਹਾਂ ਉਹ ਤਾਂ ਹੈ ਚਲੋ ਦਿਖਾਉਂਦੇ ਹਾਂ ਤੁਹਾਨੂੰ ਕਿਹੜੇ ਸਿਲੈਕਟ ਕਰੇ ਨੇ ਚੱਲੂਗੀ ਲਓ ਜੀ ਤਿਆਰ ਨੇ ਗੱਡੀ ਦੇ ਅਲਾਏ ਦਿਖਾਉਂਦੇ ਹਾਂ ਫਿਰ ਤੁਹਾਨੂੰ ਚਾਰੋਂ ਪਵਾ ਕੇ 2745-45 ਦੀ ਸਾਈਜ਼ ਪਵਾ ਰਹੇ ਹਾਂ ਆਪਾਂ ਸੁਨਾਰ ਟਾਇਰ ਦਾ ਵਧੀਆ ਕੰਪਨੀ ਫਿਟਡ ਲਾਏ ਨੇ ਅੰਦਰ ਰਹਿਣਗੇ ਜ਼ਿਆਦਾ ਬਾਹਰ ਨਹੀਂ ਹੋਣਗੇ ਨਾ ਕਿ ਇਹਨਾਂ ਦਾ ਕੋਈ ਚਲਾਣ ਵੀ ਨਹੀਂ ਹੈਗਾ ਲਓ ਜੀ ਲਵਾਤੀ ਹਵਾ ਇਹਨੂੰ ਵੀ ਹੁਣ ਕਰਦੇ ਉੱਧਰ ਦੇ ਵੀ ਓਕੇ ਰਿਪੋਰਟ ਇਹ ਕਹਿੰਦੇ ਪੰਜਾਬੀ ਸਿਖਾਓ ਕਹਿੰਦੇ ਮੈਨੂੰ ਸਾਡੇ ਨਾਲ ਚੱਲ ਸੁਣਿਆ ਹਾਂ ਸ਼ਾਮ ਸ਼ਾਮ ਦਾ ਟਾਈਮ ਆ ਹਾਂ ਤੁਸੀਂ ਉੱਥੇ ਪੰਜਾਬੀ ਬੋਲਦੇ ਫਿਰੋਗੇ ਅੱਜ ਤਾਂ ਜੀ ਪੂਰੇ ਯੂਟਿਊਬਰ ਇਕੱਠੇ ਹੋ ਗਏ ਇੱਧਰ ਵੀ ਯੂਟਿਊਬਰ ਖੜ ਗਏ ਇੱਧਰ ਵੀ ਆਏ ਦਿੱਲੀ ਅਨਸਾਰ NCR ਨੇ ਚੱਕਰਾਂ 'ਚ ਮਾਰ ਗਿਆ ਦੁਨੀਆ ਨੂੰ ਗੱਡੀਆਂ ਬਾਰੇ ਟਰੈਵਲ ਕਰਨ ਦਾ ਹੁਣ ਬੰਦਾ ਪੂਰਾ ਦਿੱਲੀ ਤੋਂ ਲੰਡਨ ਤੱਕ ਕਰਕੇ ਆਊਗਾ ਗੱਲ ਸਹੀ ਆ ਮਈ ਚ ਖੁੱਲ ਜਾਣੇ ਸਾਰੇ ਪੈ ਗਏ ਪਟਾਕੇ ਇੱਧਰ ਦਾ ਬਾਈ ਆਲੇ ਲਾਏ ਸਿਲੈਕਟ ਕਰੇ ਨੇ ਜੀ ਆਪਾਂ ਨੇ 2745-45 ਦੇ ਵਿੱਚ ਅਤੇ ਉਹ ਗੱਡੀ ਚੱਕ ਰੱਖੀ ਇਹਨਾਂ ਨੇ ਪੂਰੀ ਇਹ ਬਾਈ ਜੀ ਆਪਣੇ ਯੂਟਿਊਬਰ ਨੇ ਅਤੇ ਦਿੱਲੀ ਗੁੜਗਾਵਾਂ NCR ਦੇ ਲਓ ਜੀ ਫਿੱਟ ਹੋਣ ਲਈ ਚੱਲਿਆ ਟਾਇਰ 2745-45-20 ਇੰਚ ਦਾ ਲਾਇਆ ਪਵਾ ਤਾ ਗੱਡੀ ਦੇ ਵਿੱਚ ਗੱਡੀ ਦੀ ਲੁੱਕ ਹੀ ਚੇਂਜ ਹੋ ਜਾਣੀ ਆ ਬਿਲਕੁਲ ਤੁਸੀਂ ਦੇਖੋਗੇ ਪਹਿਲਾਂ ਰਿਮ ਦੇ ਵਿੱਚ ਕਿਵੇਂ ਲੱਗ ਰਿਹਾ ਸੀ ਅਤੇ ਹੁਣ ਟਾਇਰ ਸਾਈਜ਼ ਅਪਗ੍ਰੇਡ ਹੋ ਗਿਆ 17 ਦੇ ਰਿਮ ਸੀ ਹੁਣ 20 ਦੇ ਹੋ ਗਏ ਨੇ ਦੇਖੋ ਕਿੰਨਾ ਚੇਂਜ ਹੋ ਗਿਆ ਲੁੱਕ 'ਚ ਦੇਖੋ ਕਿੰਨਾ ਫਰਕ ਆ ਪੈ ਗਏ ਨੇ ਟਾਈਮ ਵੀ ਕਾਫੀ ਹੋ ਗਿਆ ਗੱਡੀਆਂ ਆਈ ਜਾ ਰਹੀਆਂ ਜਾਈ ਜਾ ਰਹੀਆਂ ਉਹ ਦਿੱਲੀ ਵਾਲੇ ਬਾਈ ਜੀ
अपने बी एम डबल्यू च पवा रहे ने। आ लो जी हुण देखो गड्डी जैक दे उपर आ, गड्डी नीचे आएगी फिर थोनू पता लगेगा ओरिजिनल लुक का। देखो वैसे किवें लग रही है, लो देखो जी हूँ ओरिजिनल लुक है जी। हाँ जी किवें रहा फिर अज का दिन? थकावट हो गई मुंडिया जी, लुधियाने तो आते आते हूँ फिर भी असं टाइम नाल आ गए, डिनर का टाइम हो गया हूँ।